ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ ਫੇਸਬੁੱਕ ਪੇਜ ਅਤੇ YouTube ਚੈਨਲ ਗੁਰਤੇਜ ਸਟੱਡ ਫਾਰਮ ਦੇ ਉੱਤੇ ਜੀ ਫੇਸਬੁੱਕ ਪੇਜ ਤੇ ਦੇਖ ਰਹੇ ਜਿਹੜੇ ਵੀਰ ਆਪਣੀ ਵੀਡੀਓ ਨੂੰ ਉਹ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸੋ ਦੋਸਤੋ ਆਹ ਵੀਡੀਓ ਦੇ ਨਾਲ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਬਣੇ ਰਹੋ ਆਪਾਂ ਜਿਹੜੀ ਵੀ ਇਹਦੀ ਸਾਰੀ ਬਣਦੀ ਜਾਣਕਾਰੀ ਹੈ ਉਹ ਸਾਰੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਕੱਲੇ ਪ੍ਰਾਈਜ਼ ਨੂੰ ਛੱਡ ਕੇ ਤੇ ਬਾਕੀ ਕੱਲੀ-ਕੱਲੀ ਜਿਹੜੀ ਇਹਦੀ ਬਰੀਕੀ ਨਾਲ ਆਪਾਂ ਸਾਰੀ ਗੱਲ ਸਮਝਾਵਾਂਗੇ ਤੇ ਵੀਡੀਓ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਨੇ ਰਹੋ ਤੇ ਚੈਨਲ ਸਬਸਕ੍ਰਾਈਬ ਕਰ ਦਿਓ। ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਹੈਗੀ ਹੈ ਜੀ ਆਪਣੇ ਕੋਲੇ ਇਹ ਪਿਓਰ ਤੇਲੀਆ ਕੁਮੈਤ ਰੰਗ ਦੀ ਘੋੜੀ ਵਿਕੇ ਹੋਇਆ ਜੀ। ਜਿਹਦੀ ਕੀ ਦੋ ਪੈਰ ਚਿੱਟੇ ਮੱਥੇ ਪਟਾ ਜੀ ਬਹੁਤ ਹੀ ਸੋਹਣੀ ਬਾਡੀ ਬੰਤਰ ਦੀ ਘੋੜੀ ਹੈ ਤੇ ਖੁੱਲੇ ਡੋਲੇ ਪੇਟ ਵਾਲੀ ਇੱਕ ਚੰਗੀ ਬਰੀਕੀਆਂ ਵਾਲੀ ਕੱਟ ਕੰਡੀਸ਼ਨ ਵਾਲੀ ਘੋੜੀ ਹੈ ਜੀ। ਸੋ ਦੋਸਤੋ ਜੇ ਮੈਂ ਇਹਦੀ ਹਾਈਟ ਬਾਰੇ ਗੱਲ ਕਰਾਂ ਜੀ ਤਾਂ ਇਹਦੀ ਹਾਈਟ ਹੈਗੀ ਹੈ ਜੀ ਨਾਟ ਇੰਚ ਨਾਟ ਇੰਚ ਹਾਈਟ ਹੈ ਜੀ ਘੋੜੀ ਬਾਲਪੋਰੀਆਂ ਦੀ ਬਿਲਕੁਲ ਸਾਫ਼ ਹੈ ਜੀ ਸੁੰਭਨ ਸੰਬੰਧੀ ਪੂਰੀ ਮਜ਼ਬੂਤ ਹੈ ਜੀ ਬਾਕੀ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਜੇਕਰ ਆਪਾਂ ਇਹਦੀ ਕੰਨ ਕਨੌਤੀ ਬਾਰੇ ਗੱਲ ਕਰੀਏ ਤਾਂ ਬਹੁਤ ਹੀ ਸੋਹਣਾ ਚੰਗਾ ਜੁੜਮਾ ਕੰਨ ਲੱਗਿਆ ਜੀ ਚੰਗਾ ਕੰਨ ਲੱਗਿਆ ਜੀ ਤੇ ਬਹੁਤ ਹੀ ਸੋਹਣੀ ਹੈ ਜੀ ਘੋੜੀ ਦੇਖਣੀ ਵਰਕਣੀ ਨੂੰ ਪਿੱਠਪੂੜਾ ਮਜ਼ਬੂਤ ਹੈ ਜੀ ਦੋਸਤੋ ਘੋੜੀ ਥੋੜੀ ਜੀ ਲਿੱਸੀ ਹੈ ਤੇ ਕਿਉਂਕਿ ਜੀ ਗਰਮੀ ਦੇ ਵਿੱਚ ਹਰ ਇੱਕ ਹੀ ਜਾਨਵਰ ਲੱਸਾ ਪੈ ਜਾਂਦਾ ਤੇ ਕੁਝ ਕੁ ਬਾਈਆਂ ਦੇ ਕੰਮਕਾਰ ਦੇ ਵਿੱਚ ਹੁਣ ਕਰਕੇ ਘੋੜੀ ਲਿੱਸੀ ਰਹੀ ਗਈ ਜੀ ਸੋ ਦੋਸਤੋ ਜਿਹੜਾ ਵੀ ਵੀਰ ਭਰਾ ਇਸ ਘੋੜੇ ਨੂੰ ਖਰੀਦ ਕੇ ਲੈ ਕੇ ਜਾਊਗਾ ਉਹ ਥੋੜੀ ਜੀ ਸਾਮ ਸੰਭਾਲ ਕਰਕੇ ਇਹਦੇ ਤੋਂ ਬਹੁਤ ਹੀ ਚੰਗੇ ਬੱਚੇ ਲੈ ਸਕਦਾ ਜੀ ਖੁੱਲੇ ਡੋਲੇ ਪੇਟ ਦੀ ਘੋੜੀ ਐ ਤੇ ਜੇਕਰ ਆਪਾਂ ਇਹਦੀ ਉਮਰ ਬਾਰੇ ਗੱਲ ਕਰੀਏ ਤਾਂ ਉਮਰ ਇਹਦੀ ਜੀ 5.5 ਸਾਲਾਂ ਤੋਂ ਲੈ ਕੇ 6 ਸਾਲਾਂ ਦੇ ਵਿਚਕਾਰ ਜਿਹੜੀ ਇਹਦੀ ਉਮਰ ਐ ਬਾਈਆਂ ਦਾ ਪਿੰਡ ਹੈਗਾ ਜੀ ਰੋੜੀ ਜ਼ਿਲ੍ਹਾ ਬਾਈਆਂ ਨੂੰ ਸਰਸਾ ਪੈਂਦਾ ਹੈ ਤੇ ਬਾਈਆਂ ਦਾ ਕੰਟੈਕਟ ਨੰਬਰ ਮੈਂ ਸਕਰੀਨ ਦੇ ਉੱਤੇ ਸ਼ੋਅ ਕਰਤਾ ਜੀ ਇਹ ਦੋਨੇ ਭਰਾਵਾਂ ਦੇ ਨੰਬਰ ਹੈ ਜੀ ਇੱਕ ਬਾਈ ਦਾ ਨਾਮ ਹੈ ਗੋਰਾ ਤੇ ਇੱਕ ਬਾਈ ਦਾ ਨਾਮ ਹੈ ਸੁਖਦੀਪ ਤੁਸੀਂ ਦੋਨਾਂ ਚੋਂ ਕਿਸੇ ਵੀ ਬਾਈ ਨਾਲ ਗੱਲਬਾਤ ਕਰਕੇ ਇਸ ਘੋੜੀ ਨੂੰ ਖਰੀਦ ਸਕਦੇ ਹੋ ਦੋਸਤੋ ਬਾਲਪੋਰੀਆਂ ਦੀ ਘੋੜੀ ਸਾਫ਼ ਹੈ ਜੀ ਸੰਬ ਸੰਬ ਦੀ ਪੂਰੀ ਮਜ਼ਬੂਤ ਹੈ 9 ਇੰਚ ਹਾਈਟ ਹੈ ਜੀ ਬਾਲਪੋਰੀਆਂ ਦੀ ਸਾਫ਼ ਹੈ ਇਸ ਟਾਈਮ ਮੌਕੇ ਦੇ ਉੱਤੇ ਖਾਲੀ ਹੈ ਸੋ ਜਿਹੜਾ ਵੀ ਵੀਰ ਭਰਾ ਇਸ ਘੋੜੀ ਨੂੰ ਖਰੀਦੂਗਾ ਤਾਂ ਉਹ ਜੇ ਕੋਈ ਮੇਟ ਕਰਵਾਉਣ ਦਾ ਚਾਹਵਣਾ ਤਾਂ ਬਾਈ ਹੁਣੀ ਮੇਟ ਵੀ ਕਰਵਾ ਕੇ ਦੇ ਦੇਣਗੇ ਘੋੜੇ ਤੋਂ ਤੇ ਜੇ ਕਿਸੇ ਵੀਰ ਭਰਾ ਨੇ ਇਸੇ ਤਰ੍ਹਾਂ ਖਾਲੀ ਘੋੜੀ ਲੈਣੀ ਹੈ ਤਾਂ ਖਾਲੀ ਵੀ ਲੈ ਸਕਦਾ ਜੀ ਬਾਕੀ ਤੁਹਾਡੀ ਇੱਛਾ ਜੀ ਬਾਕੀ ਤੁਸੀਂ ਬਾਈਆਂ ਨਾਲ ਸਾਰੀ ਗੱਲਬਾਤ ਕਰਕੇ ਜਿਹੜੀ ਇਹਦੀ ਸਾਰੀ ਡੀਲ ਹੈ ਤੁਸੀਂ ਉਹਨੂੰ ਕੰਪਲੀਟ ਕਰ ਸਕਦੇ ਹੋ ਜੀ ਤੇ ਦੋਸਤੋ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਈਆਂ ਨਾਲ ਸੰਪਰਕ ਜਰੂਰ ਕਰਿਓ ਜੀ ਇੱਕ ਚੰਗੀ ਘੋੜੀ ਲੈਣ ਦੇ ਲਈ ਸੋ ਦੋਸਤੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ ਜਿਉਂਦੇ ਬਸਦੇ ਰਹੋ ਧੰਨਵਾਦ ਤੇ ਇਹ ਦੋਸਤੋ ਮੇਰਾ ਨੰਬਰ ਹੈ ਤੁਸੀਂ ਆਪਾਂ ਨੂੰ ਵੀ ਸੇਵਾ ਦਾ ਮੌਕਾ ਦਿਓ ਆਪਣੇ ਚੈਨਲ ਦੇ ਉੱਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਧੰਨਵਾਦ ਦੋਸਤੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ ਜਿਉਂਦੇ ਬਸਤੇ ਰਹੋ